ਅੱਜ ਕੱਲ ਅਸੀਂ ਦੇਖਦੇ ਹਾਂ ਸਾਰੇ ਵੀ ਇੱਕ ਬਹੁਤ ਟ੍ਰੈਂਡ ਹੈ, ਅਸੀਂ ਘਰ ਚ ਵੀ ਜਦੋਂ ਕਿਸੇ ਦੇ ਕੋਲ ਜਾਂਦੇ ਹਾਂ ਤਾਂ ਮੋਸਟਲੀ ਕਿ ਹਰ ਇੱਕ ਦੇ ਹੱਥ ਦੇ ਵਿੱਚ ਮੋਬਾਈਲ ਫੋਨ ਹੁੰਦਾ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਅਗਲੇ ਨੂੰ ਕਿ ਸਾਡੇ ਘਰ ਕੋਈ ਗੈਸਟ ਆਇਆ ਹੈ ਨਾ ਵੀ ਅਸੀਂ ਇਹਦੇ ਨਾਲ ਥੋੜੀਆਂ ਗੱਲਾਂ ਬਾਤਾਂ ਮਾਰ ਲਈਏ ਹੈ ਨਾ, ਜਾਂ ਵੀ ਇਹ ਵੀ ਆਪਣਾ ਕੰਮ ਧੰਦਾ ਛੱਡ ਕੇ ਆਏ ਨੇ। ਪਰ ਅਕਸਰ ਅਸੀਂ ਇਹ ਦੇਖਦੇ ਹਾਂ ਘਰਾਂ ਦੇ ਵਿੱਚ ਜਾ ਕੇ ਵੀ ਫੋਨ ਇੰਨਾ ਇੰਪੋਰਟੈਂਟ ਹੋ ਚੁੱਕਿਆ ਅੱਜ ਦੇ ਯੁੱਗ ਦੇ ਵਿੱਚ, ਭਾਵੇਂ ਉਹ 2 ਸਾਲ ਦਾ ਈਵਨ ਕਿ 1.5 ਸਾਲ ਦਾ ਬੱਚਾ ਹੀ ਕਿਉਂ ਨਾ ਹੋਵੇ, ਫੋਨ ਤੋਂ ਬਿਨਾਂ ਅੱਜ ਕੱਲ੍ਹ ਬਿਲਕੁਲ ਨਹੀਂ ਸਾਰ ਰਿਹਾ। ਤੇ ਹੁਣ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਨ ਲੱਗੀ ਹਾਂ ਇਹਦੇ ਵਿੱਚ ਆਉਂਦਾ ਸੋਸ਼ਲ ਮੀਡੀਆ ਯਾਨੀ ਕਿ ਫੇਸਬੁੱਕ। ਫੇਸਬੁੱਕ ਵੀ ਹੁਣ ਮੈਨੂੰ ਨੀ ਲੱਗਦਾ ਵੀ ਕੋਈ ਸਾਰਦਾ ਹੋਣਾ ਫੇਸਬੁੱਕ ਤੋਂ ਬਿਨਾਂ, ਸਾਰੇ ਚਲਾਉਂਦੇ ਨੇ ਤਕਰੀਬਨ, ਭਾਵੇਂ ਉਹ 70 ਸਾਲ ਦਾ ਬਾਬਾ ਕਿਉਂ ਨਾ ਹੋਵੇ ਤੇ ਭਾਵੇਂ 17 ਸਾਲ ਦਾ ਮੁੰਡਾ ਕਿਉਂ ਨਾ ਹੋਵੇ ਹਨਾ। ਤੇ ਹੁਣ ਇੱਕ ਐਸੀ ਮੈਂ ਘਰ ਦੀ ਹਾਲਤ ਪੇਸ਼ ਕਰਨ ਲੱਗੀ ਹਾਂ ਵੀ ਲੇਡੀਜ਼ ਇੰਨੀਆਂ ਪਰੇਸ਼ਾਨ ਨੇ ਫੇਸਬੁੱਕ ਤੋਂ ਗੈਸ ਤੋਂ ਕਿ ਤੁਸੀਂ ਸਾਰਾ ਦਿਨ ਫੇਸਬੁੱਕ ਤੇ ਲੱਗੇ ਰਹਿੰਦੇ ਹੋ ਤੇ ਉਹ ਫੇਸਬੁੱਕ ਨੂੰ ਮੰਨ ਲਓ ਵੀ ਆਪਣੀ ਸੌਂਕਣ ਹੀ ਸਮਝ ਰਹੀ ਹੈ। ਜਿਹੜੀ ਔਰਤ ਹੈ ਵੀ ਇਹ ਮੇਰੀ ਸੌਂਕਣ ਬਣ ਚੁੱਕੀ ਹੈ, ਇਹ ਮੇਰਾ ਸੌਂਗ ਰਿਕਾਰਡ ਹੋਇਆ ਸੀਗਾ 2 ਸਾਲ ਪਹਿਲਾਂ, ਮੇਰੀ ਸੌਂਕਣ ਬਣ ਗਈ ਵੇ ਹਾਰੀਆਂ ਫੇਸਬੁੱਕ ਮਰ ਜਾਣ, ਤੇ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗੀ। ਉਮੀਦ ਕਰਦੀ ਹਾਂ ਤੁਸੀਂ ਪਸੰਦ ਕਰੋਗੇ।